ਕੁਰਾਲੀ ਨਗਰ ਕੌਂਸਲਰ ਵਾਰਡ ਨੰਬਰ 17 ਦੇ MC ਗੁਰਚਰਨ ਸਿੰਘ ਰਾਣਾ ਜੋ ਕਿ ਨਗਰ ਕੌਂਸਲਰ ਦੇ ਮੌਜੂਦਾ ਵਾਈਸ ਪ੍ਰਧਾਨ ਹਨ, ਉਹਨਾਂ ਤੇ ਦੋਸ਼ ਹੈ ਕਿ ਵਾਈਸ ਪ੍ਰਧਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਵਾਰਡ ਨੰਬਰ 2 ਵਿੱਚ ਸਰਕਾਰੀ ਜ਼ਮੀਨ ਦੇ ਉੱਤੇ ਬਿਨਾਂ ਨਕਸ਼ੇ ਤੋਂ ਇੱਕ ਫੈਕਟਰੀ ਦੀ ਉਸਾਰੀ ਕਰ ਨਜਾਇਜ਼ ਕਬਜ਼ਾ ਕੀਤਾ ਹੋਇਆ। ਇਸ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਚੈਨਲ ਤੇ ਲੱਗਣ ਦੇ ਕਾਰਨ ਹੋਈ ਅਫਸਰਾਂ ਦੀ ਕਿਰਕਿਰੀ ਦੇ ਕਾਰਨ ਪ੍ਰਸ਼ਾਸਨ ਨੇ ਬੀਤੇ ਦਿਨ ਕਬਜ਼ੇ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਭਾਰੀ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਵਿੱਚ ਡਿਜੀਟਲ ਤਰੀਕੇ ਦੇ ਰਾਹੀਂ ਸਰਕਾਰੀ ਮਸ਼ੀਨ ਦੇ ਨਾਲ ਕੀਤੀ ਗਈ। ਗੌਰ ਕਰਨ ਯੋਗ ਗੱਲ ਇਹ ਹੈ ਕਿ ਵਾਰਡ ਨੰਬਰ 17 ਦੇ MC ਗੁਰਚਰਨ ਸਿੰਘ ਰਾਣਾ ਵੱਲੋਂ ਪੈਸੇ ਅਤੇ ਆਪਣੀ ਉੱਚ ਪਹੁੰਚ ਹੋਣ ਕਾਰਨ ਕਬਜ਼ੇ ਵਾਲੀ ਥਾਂ ਦੀ ਨਿਸ਼ਾਨਦੇਹੀ ਹੋਣ ਵਿੱਚ ਕਈ ਰੁਕਾਵਟਾਂ ਪਾ ਰਿਹਾ ਸੀ, ਪਰ ਸਾਡੇ ਚੈਨਲ ਤੇ ਲੱਗੀ ਖਬਰਾਂ ਨੇ ਆਪਣਾ ਅਸਰ ਦਿਖਾ ਦਿੱਤਾ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਲਈ ਮਜਬੂਰ ਹੋਣਾ ਪਿਆ ਤੇ ਖਰੜ ਦੀ SDM ਅਮਨਿੰਦਰ ਕੌਰ ਬਰਾੜ ਦੇ ਹੁਕਮਾਂ ਸਦਕਾ ਖਰੜ ਤਹਿਸੀਲਦਾਰ ਤੋਂ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਦੀ ਡਿਊਟੀ ਲਗਾ ਦਿੱਤੀ ਗਈ ਅਤੇ ਇਨ੍ਹਾਂ ਅਫਸਰਾਂ ਦੇ ਨਾਲ ਕੁਰਾਲੀ ਪਟਵਾਰਖਾਨੇ ਤੋਂ ਕਾਣਗੋ ਲਖਵੀਰ ਸਿੰਘ, ਪਟਵਾਰੀ ਸੋਹ ਸਿੰਘ ਤੇ ਅਤੇ SHO ਸਿਟੀ ਕੁਰਾਲੀ ਨਿਦਾਨ ਸਿੰਘ ਦੇ ਜ਼ਿਲ੍ਹਾ ਤੋਂ ਆਪਣੀ ਭਾਰੀ ਪੁਲਿਸ ਫੋਰਸ ਦੇ ਰਾਹੀਂ ਕਬਜ਼ੇ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਅਤੇ ਅਫਸਰਾਂ ਨੇ ਆਪਣੀ ਰਿਪੋਰਟ ਵੀ ਕੁਰਾਲੀ ਨਗਰ ਕੌਂਸਲਰ ਵਾਰਡ ਨੰਬਰ 17 ਦੇ SC ਗੁਰਚਰਨ ਸਿੰਘ ਰਾਣਾ ਜੋ ਕਿ ਨਗਰ ਕੌਂਸਲਰ ਦੇ ਮੌਜੂਦਾ ਵਾਈਸ ਪ੍ਰਧਾਨ ਦੇ ਖਿਲਾਫ ਭੇਜ ਦਿੱਤੀ, ਪਰ ਨਗਰ ਕੌਂਸਲਰ ਦੇ ਅਧਿਕਾਰੀ ਉਸ ਨੂੰ ਬਚਾਉਣ ਦੇ ਲਈ ਗੁਰਚਰਨ ਰਾਣੇ ਦਾ ਪੱਖ ਪੁਕਾਰਦੇ ਨਜ਼ਰ ਆਏ। ਕਾਹਦੀ ਦਰਖਾਸਤ ਆਈ ਸੀ, ਕਾਹਦੀ ਮਿਹਨਤੀ ਦੀ ਉਹਦੇ ਬੇਸ ਤੇ ਨਿਸ਼ਾਨਦੇਹੀ ਹੋ ਗਈ, ਨਿਸ਼ਾਨਦੇਹੀ ਹੁਣ ਕੰਪਲੀਟ ਹੋ ਗਈ। ਸਰ ਫੋਰਸ ਉਰੇ ਕਿਉਂ ਮੰਗਾਣੀ ਪਈ ਜੀ? ਫੋਰਸ ਦਾ ਵੀ ਕੋਈ ਝਗੜਾ ਨਾ ਹੋਵੇ ਤਾਂ ਮੰਗਾਈ। ਅੱਛਾ ਜੀ, ਹੈ ਕਿਹਦੀ ਮਿਹਨਤੀ ਦੀ ਜੀ, ਕਾਹਦੇ ਪਿੱਛੇ ਦੀ ਮਾੜਾ ਜਿਹਾ ਚਾਨਣਾ ਪਾਉਂਗਾ ਜੀ? ਕਮੇਟੀ ਵੱਲੋਂ ਦਰਖਾਸਤ ਆਈ ਸੀ ਸਾਡੇ ਕੋਲ, ਉਹਦੇ ਬੇਸ ਤੇ ਨਿਸ਼ਾਨਦੇਹੀ ਕਰ ਰਹੇ। ਕਾਹਦੀ ਦਰਖਾਸਤ ਸੀ ਜੀ? ਮਿਹਨਤੀ ਸੀ ਕੌਂਸਲਰ ਬਚਾਰਨ ਸਿੰਘ ਰਾਣਾ ਵੱਲੋਂ ਕੋਈ ਹੈਗਾ ਕੋਈ ਕਬਜ਼ਾ ਕਰ ਰਿਹਾ ਉਹਦੇ ਸੰਬੰਧ ਚ ਆਈ। ਅੱਛਾ ਜੀ, ਤੇ ਸਰ ਮਿਹਨਤੀ ਹੋ ਗਈ, ਹੁਣ ਕੀ ਪਾਇਆ ਗਿਆ ਜੀ? ਮਿਹਨਤੀ ਹੋਈ, ਕੰਪਲੀਟ ਹੋਣ ਰਿਪੋਰਟ ਸਾਡੀ ਆ ਜੂਗੀ, ਰਿਪੋਰਟ ਦੇ ਵਿੱਚ ਜੋ ਹੈਗਾ ਸਾਰਾ ਅਸੀਂ ਦੱਸ ਦਿੰਦੇ ਕੰਪਲੀਟ ਕਰਕੇ। ਡਿਜੀਟਲ PTS ਮਸ਼ੀਨ ਦਾ ਇੰਪਲੀਮੈਂਟ ਕਰਾਈ ਗਈ ਆ, ਉਹਦਾ ਪ੍ਰਿੰਟ ਆਊਟ ਲੈ ਕੇ ਜਿੰਨਾ ਹੈ ਸਾਰਾ ਪੂਰੀ ਕੰਪਲੀਟ ਰਿਪੋਰਟ ਅਸੀਂ ਸਬਮਿਟ। ਜਦੋਂ ਸਾਡੇ ਚੈਨਲ ਦੇ ਪੱਤਰਕਾਰ ਨੇ ਨਗਰ ਕੌਂਸਲਰ ਦੇ ਅਧਿਕਾਰੀ ਗੁਰਦੀਪ ਸਿੰਘ ਨਾਲ ਆਈ ਰਿਪੋਰਟ ਦੇ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣਾ ਪੱਲਾ ਝਾੜ ਦਿੱਤਾ। ਜੋ ਰਿਪੋਰਟ ਸਾਡੇ ਕੋਲ ਆਈ ਹੈ ਉਹ ਕਲੀਅਰ ਨਹੀਂ ਹੈ ਤੇ ਸਮਝ ਨਹੀਂ ਆ ਰਿਹਾ ਕਿ ਇਸ ਵਿੱਚ ਕੀ ਲਿਖਿਆ ਹੋਇਆ, ਜਿਸ ਕਾਰਨ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਕੁਰਾਲੀ ਕਾਸ ਸਾਧਕ ਅਫਸਰ ਗੁਰਦੀਪ ਸਿੰਘ ਦੇ ਇਸ ਗੋਲਮੋਲ ਬਿਆਨ ਤੇ ਲੱਗਦਾ ਹੈ ਕਿ ਇਨ੍ਹਾਂ ਅਫਸਰਾਂ ਤੇ ਕੁਰਾਲੀ ਦੇ ਨਗਰ ਕੌਂਸਲ ਦੇ ਪ੍ਰਧਾਨ ਦਾ ਦਬਾਅ ਹੈ ਅਤੇ ਇਹ ਮਿਲ ਕੇ ਕਬਜ਼ਾਧਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੀ ਉਹ ਕਾਨਗੋ ਵੱਲੋਂ ਰਿਪੋਰਟ ਸਾਡੇ ਕੋਲ ਹੁਣੇ ਪੇਸ਼ ਹੋਈ ਹੈ, ਅਸੀਂ ਡਿਪਾਰਟਮੈਂਟ ਜੇਈ ਸਾਹਿਬ ਨਾਲ ਡਿਸਕਸ ਕਰਕੇ ਉਹਦੇ 'ਚ ਐਗਜੈਕਟਲੀ ਕੀ ਹੈ ਉਸ ਹਿਸਾਬ ਨਾਲ, ਜੇ ਉਹ 'ਚ ਕੋਈ ਵੱਧ ਜਗ੍ਹਾ ਆਈ ਹੈ ਤਾਂ ਕਲੀਅਰ ਕਰਕੇ ਅਸੀਂ DC ਮੈਮ ਨੂੰ ਰਿਪੋਰਟ ਉਹਦੀ ਭੇਜ ਦਾਂਗੇ ਅੱਜ ਵਾਚ ਕਰਕੇ, ਕੱਲ੍ਹ ਅਸੀਂ ਉਹਨਾਂ ਕਲੈਰੀਫਾਈ ਕਰਾਂਗੇ। ਸਰ ਸੂਤਰਾਂ ਤੋਂ ਪਤਾ ਲੱਗਿਆ ਤਾਂ ਜੀ ਵੀ 71 ਫੁੱਟ ਜਿਹੜੀ ਹੈ 23 ਮੀਟਰ ਨਜਾਇਜ਼ ਕਬਜ਼ਾ ਸ਼ੋ ਹੋਇਆ ਜੀ। ਨਹੀਂ, ਰਿਪੋਰਟ ਜਿਹੜੀ ਹੈਗੀ ਉਹ ਕਲੀਅਰ ਨਹੀਂ ਹੈ, ਉਹ ਰਿਪੋਰਟ ਨੂੰ ਅਸੀਂ ਕ੍ਰੋਸ ਕਲੀਅਰ ਕਰਕੇ ਉਸ ਤੋਂ ਬਾਅਦ ਉਸ ਹਿਸਾਬ ਦੀ ਕਾਰਵਾਈ ਕਰਾਂਗੇ, ਐਗਜੈਕਟ ਤੁਹਾਨੂੰ ਉਸ ਤੋਂ ਬਾਅਦ ਦੱਸਿਆ ਜਾ ਸਕਦਾ। ਦੂਜੇ ਪਾਸੇ ਕੁਰਾਲੀ ਦੇ ਵਸਨੀਕ ਦਿਨੇਸ਼ ਜੋਸ਼ੀ ਨੇ ਕਿਹਾ ਕਿ ਕੁਰਾਲੀ ਦੇ ਵਿੱਚੋਂ ਸਾਰੀ ਹੀ ਨਜਾਇਜ਼ ਕਬਜ਼ੇ ਖਤਮ ਹੋਣੇ ਚਾਹੀਦੇ ਹਨ ਤੇ ਇਹਨਾਂ ਨਜਾਇਜ਼ ਕਬਜ਼ੇ ਧਾਰੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਚਾਹੁੰਦੇ ਹਾਂ ਜਿਹਦਾ ਵੀ ਨਜਾਇਜ਼ ਕਬਜ਼ਾ ਗਲਤ ਹੈ, ਅਨਲੀਗਲ ਕਿਸੇ ਦਾ ਵੀ ਕੀਤਾ ਹੋਇਆ ਕਬਜ਼ਾ, ਜਿਹੜੇ ਸਾਰੇ ਸ਼ਹਿਰ ਦੇ ਕਿਸੇ ਦੇ ਕਬਜ਼ੇ ਕੀਤੇ ਉਹ ਸਾਰਿਆਂ ਦੇ ਘਟਾਉਣੇ ਚਾਹੀਦੇ ਤਾਂ ਕਿ ਸ਼ਹਿਰ ਦੀ ਜਿਹੜੀ ਪ੍ਰੋਪਰਟੀ ਉਹ ਨਿਕਲੇ ਤੇ ਲੋਕਾਂ ਨੂੰ ਫਾਇਦਾ ਹੋਵੇ। ਦੇਖਣਾ ਇਹ ਹੋਵੇਗਾ ਕਿ ਰਿਪੋਰਟ ਦੇ ਰਾਹੀਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ, ਜਾਂ ਨਗਰ ਕੌਂਸਲ ਕੁਲਾੜੀ ਦਾ ਮੀਤ ਪ੍ਰਧਾਨ ਪੈਸੇ ਦੇ ਜ਼ੋਰ ਨਾਲ ਆਪਣੇ ਰਸੂਖ ਦੇ ਨਾਲ ਇਸ ਰਿਪੋਰਟ ਨੂੰ ਫਾਈਲਾਂ ਦੇ ਵਿੱਚ ਦਬਾਉਣ ਦੇ ਲਈ ਅਫਸਰਾਂ ਨੂੰ ਮਜਬੂਰ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੁਰਾਲੀ ਤੋਂ ਡੈਵਿਡ ਵਰਮਾ, ਵੀ ਪੰਜਾਬ TV।